ਸਤਿ ਸ਼੍ਰੀ ਅਕਾਲ ਜੀ। ਪੰਜਾਬ ਨੌ ਦੇ ਪ੍ਰੋਗਰਾਮ ਆਮਨਾ ਸਾਹਮਣਾ ਵਿੱਚ ਤੁਹਾਡਾ ਸਵਾਗਤ ਹੈ ਅਤੇ ਮੈਂ ਹਾਂ ਤੁਹਾਡਾ ਹੋਸਟ ਚਰਨਜੀਤ ਸਿੰਘ। ਅੱਜ ਸਾਡੇ ਨਾਲ ਮੌਜੂਦ ਨੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਰਦਾਰ ਮਨਜੀਤ ਸਿੰਘ ਕਲਕੱਤਾ। ਅੱਧੀ ਸਦੀ ਤੱਕ ਸਿੱਖ ਰਾਜਨੀਤੀ ਵਿੱਚ ਸਰਗਰਮ ਸਰਦਾਰ ਮਨਜੀਤ ਸਿੰਘ ਕਲਕੱਤਾ ਨੂੰ ਪੰਥ ਦਾ ਦਿਮਾਗ ਕਿਹਾ ਜਾਂਦਾ ਹੈ। ਸਿੱਖ ਰਾਜਨੀਤੀ ਵਿੱਚ ਚਾਣਕਿਆ ਵਜੋਂ ਇਹਨਾਂ ਦੀ ਅਗਰ ਤੁਲਨਾ ਕਰ ਲਿੱਤੀ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੈ, ਕਿਉਂਕਿ ਸਿੱਖ ਰਾਜਨੀਤੀ ਨੂੰ ਬੜੀ ਨੇੜਿਓਂ ਦੀ ਸਮਝਦੇ ਨੇ ਔਰ ਸਿੱਖ ਰਾਜਨੀਤੀ ਦੇ ਵਿੱਚ ਆਈਆਂ ਹੋਈਆਂ ਗਿਰਾਵਟਾਂ ਬਾਰੇ ਬੇਬਾਕੀ ਨਾਲ ਗੱਲਬਾਤ ਕਰਨ ਵਾਸਤੇ ਸਰਦਾਰ ਮਨਜੀਤ ਸਿੰਘ ਕਲਕੱਤਾ ਨਾਲ ਗੱਲਬਾਤ ਕਰਦੇ ਹਾਂ। ਕਲਕੱਤਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਮ ਉੱਤੇ। ਗੁਰਾਂ ਦੇ ਨਾਮ ਉੱਤੇ ਜਿਉਣ ਵਾਲੇ ਪੰਜਾਬ ਦੀ ਅੱਜ ਹਾਲਤ ਇਹ ਹੋ ਚੁੱਕੀ ਹੈ ਕਿ ਉਸਨੂੰ ਆਪਣੀਆਂ ਸਮੱਸਿਆਵਾਂ ਦੂਰ ਕਰਨ ਵਾਸਤੇ ਦਿੱਲੀ ਵੱਲ ਦੇਖਣਾ ਪੈ ਰਿਹਾ ਕਿ ਉੱਥੋਂ ਇੱਕ ਕ੍ਰਿਸ਼ਮਾਈ ਸ਼ਖਸੀਅਤ ਦਿੱਲੀ ਤੋਂ ਪੰਜਾਬ ਵਿੱਚ ਆਏਗੀ ਔਰ ਕ੍ਰਿਸ਼ਮਾ ਕਰੇਗੀ, ਔਰ ਜਿਹੜੀਆਂ ਅਕਾਲੀ ਦਲ ਵੱਲੋਂ ਪੰਜਾਬ ਦੇ ਨਾਲ ਧੱਕੇ ਕੀਤੇ ਗਏ ਨੇ, ਪੰਜਾਬ ਦੇ ਨਾਲ ਧੱਕੇਸ਼ਾਹੀਆਂ ਹੋਈਆਂ ਹੋਈਆਂ ਨੇ, ਉਹ ਸਾਰੀਆਂ ਖਤਮ ਹੋ ਜਾਣਗੀਆਂ। ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਪਹਿਲੀ ਗੱਲ ਇਹ ਹੈ ਕਿ ਤੁਸੀਂ ਇਹਨੂੰ ਕਿਹਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਦੇ, ਅਤੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਤਿੰਨ ਬੇਸਿਕ ਅਸੂਲ ਦੱਸੇ ਉਹ ਸੀ ਕਿਰਤ ਕਰੋ, ਪਹਿਲੀ ਗੱਲ ਸੀ ਕਿਰਤ ਕਰੋ, ਦੂਜੀ ਗੱਲ ਸੀ ਨਾਮ ਜਪੋ, ਅਤੇ ਤੀਜੀ ਗੱਲ ਸੀ ਵੰਡ ਛਕੋ। ਅੱਜ ਜਿਹੜੀ ਪੰਜਾਬ ਗੌਰਮੈਂਟ ਹੈ, ਜਿਹੜੀ ਆਪਣੇ ਆਪ ਨੂੰ ਅਕਾਲੀ ਗੌਰਮੈਂਟ ਕਹਿੰਦੀ ਹੈ, ਉਹ ਅਕਾਲੀ ਗੌਰਮੈਂਟ ਦੇ ਜੇ ਉਹਦੇ ਜਿਹੜੇ ਚੀਫ ਮਿਨਿਸਟਰ ਸਾਹਿਬ ਨੇ ਉਹ ਦਬਾ ਦਬ, ਮਤਲਬ ਕਿ ਹਜ਼ਾਰਾਂ ਕਰੋੜ ਰੁਪਇਆ ਜਿਹੜਾ ਪਬਲਿਸਿਟੀ 'ਤੇ ਖਰਚ ਕਰ ਰਹੇ ਹੈ ਇਸ ਵੇਲੇ, ਇੱਕ ਇੱਕ ਨਿਊਜ਼ ਚੈਨਲ 'ਤੇ ਵਾਰ ਵਾਰ ਦਸ ਦਸ ਵਾਰੀ ਆਉਂਦਾ, ਅਲੱਗ ਅਲੱਗ ਬੰਦਿਆਂ ਤੋਂ ਘੁਆਉਂਦੇ ਆ, ਅਤੇ ਗੱਲ ਇਹ ਕਹਿੰਦੇ ਆ ਕਿ ਜੀ ਦੇਖੋ, ਇੱਕ ਮੈਂ ਸੁਣੀ ਇਹਨਾਂ ਦੀ ਕਿ 30% ਆਬਾਦੀ ਜਿਹੜੀ ਹੈ ਪੰਜਾਬ ਦੀ, ਜਿਹੜੀ ਪੰਜਾਬ ਜਿਹੜਾ ਸਾਰੇ ਹਿੰਦੁਸਤਾਨ ਨੂੰ ਜਿਹੜਾ ਉਹ ਖਾਣਾ ਜਿਹੜਾ ਇੱਕ ਤਰ੍ਹਾਂ ਦਾ ਕਹਿ ਲਓ ਕਿ ਜਿਹੜੀ ਪੰਜਾਬ ਪ੍ਰੋਡਿਊਸ ਕਰਦਾ ਸੀ ਉਹ ਸਾਰਾ ਹਿੰਦੁਸਤਾਨ, PL 480 'ਤੇ ਸਾਡੀ ਡਿਪੈਂਡੈਂਸ ਸੀ, ਅਸੀਂ ਕਣਕ ਬਾਹਰੋਂ ਲਿਆਉਂਦੇ ਸੀ ਅਮੈਰੀਕਾ ਤੋਂ, ਅਤੇ ਉਹ PL 480 ਦੀ ਬਜਾਏ ਗ੍ਰੀਨ ਰੈਵੋਲਿਊਸ਼ਨ ਇੱਥੇ ਲਿਆਂਦਾ ਗਿਆ ਅਤੇ ਉਹਦੇ ਸਰਪਲਸ ਹੋਇਆ ਅਤੇ ਸਰਪਲਸ ਇਕਾਨਮੀ ਸਾਡੀ ਹੋਈ, ਅਤੇ ਉਸ ਸਰਪਲਸ ਇਕਾਨਮੀ ਨੂੰ ਇਹ ਨਾ ਤਾਂ ਉੱਥੇ ਐਗਰੀਕਲਚਰ ਕੋਈ ਇੰਡਸਟਰੀ, ਛੋਟੀਆਂ ਫੈਕਟਰੀਆਂ ਲਾਉਣ ਲਈ ਨਹੀਂ ਵਰਤ ਸਕੇ, ਕਿਸੇ ਹੋਰ ਕੰਮ ਲਈ ਨਹੀਂ ਵਰਤ ਸਕੇ, ਅਤੇ ਉਹਦਾ ਵਿੱਚ ਐਗਰੀਕਲਚਰ ਦੀ, ਇੰਡੀਅਨ ਐਗਰੀਕਲਚਰ ਦੀ ਇੱਕ ਗੱਲ ਹੈ ਅਤੇ ਪੰਜਾਬ ਐਗਰੀਕਲਚਰ ਦੀ ਵਿਸ਼ੇਸ਼ ਕਰਕੇ ਹੈ ਕਿ ਪਲਾਟ ਛੋਟੇ ਹੁੰਦੇ ਜਾਂਦੇ ਆ, ਕਿਉਂਕਿ ਮੇਰੇ ਦੋ ਪੁੱਤਰ ਨੇ ਅਤੇ ਉਹ ਦੋ ਪੁੱਤਰਾਂ 'ਚ 50 ਏਕੜ ਮੇਰੀ ਪੈਲੀ ਹੈ ਅਤੇ 50 'ਚ 25-25 ਹੋ ਗਈ, ਉਹਦੇ ਅੱਗੋਂ ਦੋ ਪੁੱਤਰ ਹੋਏ ਅਤੇ ਉਹਦੇ ਦੋ ਪੁੱਤਰ ਹੋਏ ਅਤੇ 25 'ਚੋਂ 12-12 ਹੋ ਗਈ, ਅੱਗੋਂ ਹੋਇਆ ਕੋਈ ਤਾਂ ਉਹਦਾ ਹੋਰ ਹੋ ਗਿਆ, ਅਤੇ ਜਦੋਂ ਛੋਟਾ ਪਲਾਟ ਹੋ ਜਾਏਗਾ ਉਹਦੇ 'ਚ ਮਸ਼ੀਨ ਨਾਲ ਖੇਤੀ ਨਹੀਂ ਹੋ ਸਕਦੀ। ਅਤੇ ਇਹ ਅਤੇ ਦੂਜੀ ਗੱਲ ਇਹ ਹੈ ਕਿ ਛੋਟੇ ਪਲਾਟ ਦੇ ਇਹ ਫਿਰ ਠੇਕੇ 'ਤੇ ਲੈਂਦੇ ਆ, ਠੇਕੇ 'ਤੇ ਲੈ ਕੇ ਪਲਾਟ ਜਿਹੜੇ ਹੈ ਕਿਸੇ ਦਾ ਕੋਈ, ਜੇ ਕੋਈ ਹੈਗਾ ਵੱਡੇ ਪਲਾਟ ਅਜੇ ਵੀ ਕੋਈ ਹੈਗੇ ਆ ਉਹ ਠੇਕੇ 'ਤੇ ਲੈ ਕੇ ਵਿਚਾਰੇ ਜਿਹੜਾ ਗਰੀਬ ਕਿਸਾਨ ਹੈ, ਇਸੇ ਕਰਕੇ ਸੁਸਾਈਡਸ ਹੋ ਰਹੀਆਂ ਨੇ। ਉਹਨਾਂ ਨੂੰ ਬਾਦਲ ਸਾਹਿਬ ਦੇਖੋ, ਡਾਕਟਰ ਜਿਹਨਾਂ ਨੂੰ ਗਾਲਾਂ ਕੱਢਦੇ ਆ, ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਸਰਕਾਰ ਸੀ ਉਹਨਾਂ ਨੇ ਕਿਸਾਨਾਂ ਦਾ ਸਾਰਾ ਕਰਜ਼ਾ ਇੱਕ ਵਾਰੀ ਮਾਫ਼ ਕਰਤਾ, ਪਰ ਉਹਨਾਂ ਦੀ ਵੀ ਫੇਲੀਅਰ ਇਹ ਸੀ ਕਿ ਉਹਨਾਂ ਨੇ ਇਹਨਾਂ ਨੂੰ ਪ੍ਰੋਫਿਟੇਬਲ ਮੁੱਲ ਨਹੀਂ ਦਿੱਤਾ ਜੀ, ਅਤੇ ਸਾਡੇ ਬੰਦਿਆਂ ਦਾ ਕਿਉਂਕਿ ਸਟੈਂਡਰਡ ਉੱਚਾ ਹੋ ਚੁੱਕਾ ਹੋਇਆ ਆਲਰੇਡੀ, ਅਤੇ ਅਸੀਂ ਵਿਆਹ ਸ਼ਾਦੀਆਂ 'ਤੇ ਅਤੇ ਦੂਜੀਆਂ ਰਸਮਾਂ ਦੇ ਉੱਤੇ ਖਰਚ ਬਹੁਤ ਕਰਦੇ ਹਾਂ, ਅਤੇ ਉਸ ਕਰਕੇ ਜਿਹੜਾ ਸਾਡਾ ਕਿਸਾਨ ਹੈ ਉਹ ਕਰਜ਼ਈ ਹੁੰਦਾ ਜਾਂਦਾ। ਅਤੇ ਪਰ ਮੈਨੂੰ ਅੱਜ ਬੜੀ ਮਤਲਬ ਹੋਈ ਗੱਲ ਕਿ ਆਪਣੀ ਵੱਡੀ ਪ੍ਰਾਪਤੀ ਇਹ ਦੱਸ ਰਹੇ ਹੈ ਕਿ 30% ਆਬਾਦੀ ਨੂੰ ਅਸੀਂ ਦਾਲ ਦਿੰਦੇ ਹਾਂ, ਉਹ ਜਨਾਨੀਆਂ ਕਿੰਨੀਆਂ ਖੁਸ਼ ਹੁੰਦੀਆਂ ਨੇ ਜਦੋਂ ਉਹਨਾਂ ਨੂੰ ਕੋਈ ਦਾਲ ਦੇ ਕੇ ਜਾਂਦਾ ਮਿਲਦੀ ਹੈ, ਉਹ ਕਿੰਨੀਆਂ ਖੁਸ਼ ਹੁੰਦੀਆਂ ਨੇ ਜਦੋਂ ਉਹਨਾਂ ਨੂੰ ਆਟਾ ਅਤੇ ਚੌਲ ਮਿਲਦੇ ਹੈ। ਅਤੇ ਉਹ ਮੈਂ ਕਿਹਾ ਜੀ ਦੇਖੋ, ਜਿਹਨਾਂ ਨੇ ਪਾਕਿਸਤਾਨ ਦੇ ਵੇਲੇ ਰਿਫਿਊਜੀ ਕੈਂਪਾਂ 'ਚ ਨਹੀਂ ਰਹੇ, ਉਜੜ ਕੇ ਆਏ, ਸਾਰੇ ਚਲੇ ਗਏ, ਅੱਜ ਵੱਡੇ ਵੱਡੇ ਕਾਰੋਬਾਰੀ ਵੀ ਬਣ ਗਏ,
जेड़ा है लैलपुर के वेचे ते उधर वड़े वड़े जेड़े मुरब्बे सी इन्हां कोल सी वो छड़ के आए सीगे ते पर उन्होंने सारे ने कभी भी मंगण की कोशिश नहीं की। रिफ्यूजी कैंपा च मैनू अज तक पता है कि बंगाल के रिफ्यूजी कैंप 20 साल भी चलते रहे। इत्थे तां 1947 दे विच कैंप शुरू होए है 48-49 तक तो भोग पै चुका सी कैंपा का, कोई कैंप जो कैंप है रह ही नहीं सी पंजाब च। तो मेरा मतलब यह है कि जेडे बंदे एडे किरती होण एडे दृढ़ होण जिन्हां दी कौम बारे सारी दुनिया च कहा जांदा कि मंगत नहीं हैगी, कोई मंगता जिहड़ा सिख नहीं हैगा कि जिहड़ा सिख मंगदा होवे उसनों सारी मौक मंगत बनाता है। गवर्नमेंट का मंगत गवर्नमेंट तो मंगत ही हो गए ना जी, क्यों कहते जी 30% आबादी हुण साडी असी जिहड़ी सरकार वल्लों इह तां रजवाड़ा शाही है तो बिस्वेदारी है कि जी असीं उन्हां नूं कब नहीं देना कि उह तां आपणे पैरां ते हो जाणगे ते फिर वोट अपनी मर्जी ना पाउणगे। असीं तां उन्हां नूं अपने ते डिपेंड रखणा है कि उन्हां नूं तां रोटी खाण नूं भी असीं उही दिंदे हां जिन्हां दी गवर्नमेंट है ਉਹੀ ਕਹਿ ਰਹੇ ਨੇ ਨਾ, ਬਾਦਲ ਸਾਹਿਬ ਹੀ ਕਹਿ ਰਹੇ ਹੈ ਜਾਂ ਉਹਨਾਂ ਦਾ ਪਰਿਵਾਰ ਜਾਂ ਜਿਹੜੇ ਉਹਨਾਂ ਦੇ ਵਜ਼ੀਰ ਨੂੰ ਕਹਿ ਰਹੇ ਹੈ ਕਿ ਜੀ ਅਸੀਂ ਅਸੀਂ ਜਿਹੜਾ ਹੈਗਾ 30% ਆਬਾਦੀ ਨੂੰ ਜਿੱਥੋਂ ਦੀ 30% ਆਬਾਦੀ ਐਸੇ ਮਿਹਨਤਕਸ਼ ਲੋਕਾਂ ਦੀ ਜਿਨ੍ਹਾਂ 30% ਆਬਾਦੀ ਨੂੰ ਇਹਨਾਂ ਡਿਪੈਂਡੇਬਲ ਕਰਤਾ ਹੈਗਾ, ਇਹਦੂ ਵੱਡੀ ਫੇਲੀਅਰ ਕਿਹੜੀ ਹੋ ਸਕਦੀ ਹੈ। ਨਹੀਂ ਪਰ ਜਿਹੜੇ ਪੰਜਾਬੀ ਜਿਹਦੇ 'ਤੇ ਆਸ ਰੱਖੀ ਬੈਠੇ ਹੋਏ ਨੇ, पिछले कुछ समय तो एक रुझान चल पाया कि असी दिल्ली दे करिश्माई शख्सियत दिल्ली दे मुख्यमंत्री अरविंद केजरीवाल दी पार्टी आम आदमी पार्टी पंजाब दी तस्वीर बदल के रख देगी, पंजाब दी तकदीर बदल के रख देगी। तुहानू की लगता है कि पंजाबियों नू विच जिहड़ी जिहड़ी हैगी है राज करन दी जिहड़ी लालसा खत्म हो गई है या सिखां दे विच जिहड़ा राज करेगा खालसा दा कॉन्सैप्ट खत्म हो गया? मैं दी पहली गल तुहानू इह दस्सदा कि जिन्ना एक्सपोज केजरीवाल होया और दिल्ली दे विच होया जो मेरे को सब तो पहला सरदार सुचा सिंह छोटेपुर मेरे को आए सी जी, तो मैं कह लगे जी तुहानू असी जी असी SGPC दे भी लड़दे हैं पुरानी भी लड़दी हैं तुहानू असी नाल लेना जी ये करना वो करना। मैं उन्होंने कहा सी मैं कह तुसी करो काम जिहड़ा तुसी करदे हो मैं ते इदा दा पार्टियां नहीं बदलदा कदी भी। तो उन्होंने अज उन्हों का सुचा सिंह छोटेपुर का अपना की हाल है, उसके नाल जिहड़े बंदे सी उन्हों का की हाल है जी। केजरीवाल जिहड़ा हैगा उसनू पंजाब दा वो जिहड़े दिल्ली दे विच 67 सीटां 17 चों लै गया यार, उत्थे तो एडमिनिस्ट्रेशन करनी नहीं आ रही उन्हू, उत्थे तो लोग चिक चिकन मुगिया ना मर रहे ने, ये ब्याह सहरा कर रहे हैं। एक वजीर रह गया सी, सारे वजीर चले गए सी बाहर। तो जिहड़ा तुहाडा जिहड़ा आ हुण कहिंदे मलेरिया, कहिंदे मलेरिया खत्म हो गया, 5 साल तो मलेरिया नहीं होया, अज रिपोर्ट की है कि उत्थे मलेरिया दे मरीज आ गए ने ते मलेरिया फैल चुका होया। तो मेरा मतलब है कि जिहड़ी चाहे वह नोएडा है चाहे वह दिल्ली है पर वह जिहड़ा हैगा चाहे फरीदाबाद है ਉਹਨੂੰ ਨੈਸ਼ਨਲ ਕੈਪੀਟਲ ਰੀਜਨ ਕਹਿੰਦੇ ਆ ਜੀ, ਅਤੇ ਨੈਸ਼ਨਲ ਕੈਪੀਟਲ ਰੀਜਨ ਦਾ ਇਹ ਹਾਲ ਹੈ। ਅਤੇ ਮੇਰਾ ਮਤਲਬ ਇਹ ਹੈ ਕਿ ਇਸ ਕਰਕੇ ਇਹ ਜਿਹੜਾ ਹੀ ਇਜ਼ ਏ ਕੰਪਲੀਟ ਫੇਲਰ ਜਿਹੜੇ ਕਿ ਇੱਕ ਮਨਿਸਟਰ ਦੇ ਉੱਤੇ ਉਹਦੇ ਉਹ ਜਿਹੜਾ ਕਹਿੰਦਾ ਸੀ ਮੈਂ ਇੱਕ ਨਵਾਂ ਚੀਜ਼ ਲਿਆ ਰਿਹਾ ਕਰਪਸ਼ਨ ਫਰੀ ਲਿਆ ਰਿਹਾ ਇਹ ਕਰ ਰਿਹਾ ਉਹ ਕਰ ਰਿਹਾ, ਉਹਦੇ ਕਿਹੜੇ ਮਨਿਸਟਰ 'ਤੇ ਕਰਪਸ਼ਨ ਦੇ ਚਾਰਜ ਨਹੀਂ ਲੱਗੇ ਜੀ? ਉਹ ਦੱਸ ਦਿਓ 21 ਇਹਨੇ ਬਣਾਏ ਹੈ ਕਾਨਸਟੀਟਿਊਸ਼ਨ ਦੇ ਉਲਟ ਜਾ ਕੇ ਜਿਵੇਂ ਬਾਦਲ ਨੇ ਇੱਥੇ ਬਣਾਏ ਸੀਗੇ ਅਤੇ ਉਹ ਹਾਈ ਕੋਰਟ ਨੇ ਉਹ ਵੀ ਸਟ੍ਰੈਕ ਡਾਊਨ ਕਰਤੇ 18, ਬਾਕੀ ਅਜੇ 6 ਸੀ ਉਹਦਾ ਕੇਸ ਅਲੱਗ ਹੈ 18 ਦਾ ਅਲੱਗ ਹੈ ਅਤੇ ਉਹ ਕਰਤੇ ਸਟ੍ਰੈਕ ਡਾਊਨ ਅਤੇ ਉੱਥੇ 21 ਸਟ੍ਰੈਕ ਡਾਊਨ ਹੋ ਗਏ। ਅੱਛਾ ਹੁਣ ਉਹ 21 ਦੀ MLAship ਵੀ ਰਹੇਗੀ ਕਿ ਨਹੀਂ ਰਹੇਗੀ ਇਹਦੀ ਵੀ ਗੱਲ ਦਾ ਕੋਈ ਪਤਾ ਨਹੀਂ ਗਾ। ਤੋ ਮਤਲਬ ਇਹ ਹੈ ਕਿ ਜਿਹੜਾ ਕੋਈ ਵੀ ਉੱਥੇ ਜਿਹੜਾ ਬੰਦਾ ਹੈ ਜਿਹੜਾ ਨੇ ਫਾਊਂਡ ਕੀਤੀ ਜਿਹੜਾ ਉਹਨਾਂ ਦਾ ਪਿਓ ਹੈ ਉਹ ਤਾਂ ਉਹ ਹੈ ਨਾ ਜਿਹਨੇ ਕਰਪਸ਼ਨ ਦੇ ਵਿਰੁੱਧ ਸਾਰੇ ਜਿਹਾਦ ਕੀਤਾ। ਬਿਲਕੁਲ ਉਹ ਬਜ਼ੁਰਗ ਬੈਠਾ ਅੰਨਾ ਹਜ਼ਾਰੇ ਜੀ, ਉਹ ਅੰਨਾ ਹਜ਼ਾਰੇ ਨੇ ਕੀ ਕਿਹਾ? ਆਈ ਕੰਪਲੀਟਲੀ ਡਿਸਓਨ ਇਸ ਬੰਦੇ ਨੂੰ। ਇਹ ਤਾਂ ਕਹਿੰਦਾ ਜੀ ਪੋਲੀਟਿਕਸ ਦੀ ਦਲਦਲ ਦੇ ਵਿੱਚ ਉੱਦਾਂ ਹੀ ਗਰਕ ਹੋ ਗਿਆ ਜਿੱਦਾਂ ਦੇ ਬਾਕੀ ਦੇ ਕਹਿੰਦੇ ਗਰਕ ਹੋਏ ਹੋਏ ਨੇ, ਸਿੱਖ ਕਹਿੰਦੇ ਇਤਿਹਾਸ ਲਾ ਕੇ ਬੈਠੇ ਆ।
ਐਵੇਂ ਜੀ ਸਾਨੂੰ ਨਾ ਜੀ ਹਰ ਇੱਕ 'ਤੇ ਭਰੋਸਾ ਕਰਨ ਦੀ ਵਿਸ਼ਵਾਸ ਕਰਨ ਦੀ ਗੱਲ ਐਵੇਂ ਪਤਾ ਨਹੀਂ ਕਿੱਦਾਂ ਆ ਜਾਂਦੀ ਹੈ। ਇੱਥੇ ਨਹੀਂ ਇਹ ਨਹੀਂ ਆਈ NRI ਦੇ ਵਿੱਚ ਪਤਾ ਨਹੀਂ ਕੀ ਭੁਲੇਖਾ ਪਾਇਆ, ਪਰ ਅੱਜ ਉਜਲ ਦੁਸਾਂ 'ਚ ਕਹਿ ਗਿਆ NRI ਜਿਹੜਾ ਆਇਆ ਉਹ ਜਿਹੜਾ ਕੈਨੇਡਾ ਦਾ ਪ੍ਰੀਮੀਅਰ ਹੁੰਦਾ ਸੀਗਾ, ਕੈਨੇਡਾ ਦਾ ਨਹੀਂ ਜਿਹੜਾ ਇਹਦਾ ਵੈਨਕੂਵਰ ਵਾਲਾ ਇਲਾਕੇ ਦਾ ਬ੍ਰਿਟਿਸ਼ ਕੋਲੰਬੀਆ ਜਿਹਨੂੰ ਕਹਿੰਦੇ ਆ ਉੱਥੋਂ ਦਾ, ਉਹ ਆ ਕੇ ਕਹਿ ਗਿਆ ਜੀ NRI ਜਿਹੜੇ ਆ ਸਭ ਪਿੱਛੇ ਹੁਣ ਹਟ ਚੁੱਕੇ ਆ। ਅਤੇ ਇਹਨਾਂ ਨੂੰ ਭੁਲੇਖਾ ਸੀਗਾ ਕਿਉਂਕਿ ਪੰਜਾਬ ਤੋਂ ਦੂਰ ਰਹਿੰਦੇ ਸੀ, ਇਹ ਸਮਝਦੇ ਸੀ ਕਿ ਬਾਦਲ ਗਲਤ ਹੈਗਾ, ਇਹ ਸਮਝਦੇ ਸੀ ਕਿ ਕਾਂਗਰਸ ਨੇ ਹਮਲਾ ਕਰਵਾਇਆ ਸੀਗਾ, ਕਿਉਂਕਿ ਬਾਦਲ ਹਰ ਵੇਲੇ ਉਹ ਇੱਕੋ ਹੀ ਗੱਲ ਕਹੀ ਜਾਂਦਾ ਕਿ ਦੇਖੋ ਕੌਮਾਂ ਜਿਹੜੀਆਂ ਨੇ ਉਹ ਇੱਕ ਜਗ੍ਹਾ ਸਟਰੱਕ ਨਹੀਂ ਕਰਦੀਆਂ, ਕੌਮਾਂ ਅੱਗੇ ਵੱਧਦੀਆਂ ਨੇ, ਜਿਹੜੀ ਵੀ ਓਬਸਟੇਕਲ ਆਈ ਹੈ ਉਸ ਤੋਂ ਅੱਗੇ ਵੱਧਦੀਆਂ ਨੇ, ਕੌਮਾਂ ਅੱਗੇ ਵੱਧਦੀਆਂ ਨੇ। ਜਦ ਡਾਕਟਰ ਮਨਮੋਹਨ ਸਿੰਘ ਨੇ ਤੁਹਾਡੀ ਸਰਕਾਰ ਆਈ ਉਦੋਂ ਬਾਅਦ BJP ਦੀ ਅਟਲ ਬਿਹਾਰੀ ਵਾਜਪਾਈ ਦੀ ਜੀ, ਅਟਲ ਬਿਹਾਰੀ ਵਾਜਪਾਈ ਦੀ ਹਕੂਮਤ ਨੇ ਕੋਈ ਤੁਹਾਡਾ ਕਰਜ਼ਾ ਮਾਫ਼ ਕੀਤਾ? ਤੁਸੀਂ ਕਹਿੰਦੇ ਸੀ ਅਸੀਂ ਤਾਂ ਇੰਡੀਆ ਵਾਸਤੇ ਲੜ ਰਹੇ ਸੀਗੇ, ਇੱਥੇ ਟੈਰਰਿਜ਼ਮ ਦੇ ਖਿਲਾਫ਼ ਲੜ ਰਹੇ ਸੀ, ਸਾਡੇ 'ਤੇ ਇੰਨਾ ਕਰਜ਼ਾ ਚੜ੍ਹ ਗਿਆ। ਇੰਦਰ ਗੁਜਰਾਲ ਨੇ ਜੇ ਕੀਤਾ ਉੱਥੇ ਉਹਦੇ ਖਿਲਾਫ਼ ਨੋ ਕੋਨਫੀਡੈਂਸ ਕਰਵਾਇਆ, ਔਰ ਜਿਹੜਾ ਤੁਹਾਡਾ ਇਹ ਜਿਹੜੀ ਗੌਰਮੈਂਟ ਬਣੀ 6 ਸਾਲ ਲਈ ਬਣੀ, ਅਤੇ 6 ਸਾਲ ਦੀ ਗੌਰਮੈਂਟ ਦੇ ਵਿੱਚ ਇਹ ਇੱਕ ਵਾਰੀ ਵੀ ਨਹੀਂ ਸੀ ਕਹਿ ਸਕਦੇ, ਅਤੇ ਇੱਕ ਵਾਰੀ ਵੀ ਅਟਲ ਬਿਹਾਰੀ ਵਾਜਪਾਈ ਨਹੀਂ ਸੀ ਕਹਿ ਸਕਦਾ ਕਿ ਮੈਂ ਮਾਫ਼ੀ ਮੰਗਦਾ ਜੀ, ਉਹਨੇ ਤਾਂ ਕੁਝ ਨਹੀਂ ਸੀ ਕੀਤਾ, ਕਾਂਗਰਸ ਨੇ ਕੀਤਾ ਸੀ ਨਾ, ਬਦਨਾਮ ਕਾਂਗਰਸ ਨੂੰ ਹੋਣਾ ਸੀ ਜੀ 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 ਕਿ ਜੀ ਕਾਂਗਰਸ ਨੇ ਜੋ ਕੁਝ ਕੀਤਾ ਹੈਗਾ। ਪਰ ਉਹ ਆਹ ਕਿਤਾਬ ਪਈ ਹੈ ਮੇਰੇ ਕੋਲ ਇੱਥੇ ਜਿਹੜੀ ਅਡਵਾਨੀ ਦੀ ਜੀ, ਅਡਵਾਨੀ ਦੀ ਕਿਤਾਬ 'ਚ ਮੈਂ ਪੇਜ ਕੱਢ ਕੇ ਤੁਹਾਨੂੰ ਪੜ੍ਹਾ ਦਿੰਦਾ, ਕਹਿੰਦਾ ਜੀ ਕਿ ਅਸੀਂ ਤਾਂ ਜਿਹੜੀ May 1984 ਦੇ ਵਿੱਚ ਅਸੀਂ ਬੜੀ ਭਾਰੀ ਐਜੀਟੇਸ਼ਨ ਕੀਤੀ, ਔਰ ਅਸੀਂ ਐਜੀਟੇਸ਼ਨ ਕਰਕੇ ਜਿਹੜੀ ਉਹ ਜਿਹੜੀ ਇੰਦਰਾ ਗਾਂਧੀ ਜਿਹੜੀ ਹੈ ਉਹਦੀ ਜਿਹੜੀ ਵੀਕ ਪੋਲਿਸੀ ਸੀ ਉਸ ਦੇ ਖਿਲਾਫ਼ ਅਸੀਂ 15,000 ਬੰਦਾ ਇੱਕ ਦਿਨ ਜੇਲ੍ਹ ਗਿਆ ਅਤੇ 20-25,000 ਬੰਦਾ ਇੱਕ ਦਿਨ ਜੇਲ੍ਹ ਗਿਆ, ਅਸੀਂ ਉਠਾਇਆ ਮੈਟਰ ਜਿਹੜਾ ਮੈਂ ਪਾਰਲੀਮੈਂਟ ਦੇ 'ਚ ਮੈਂ ਮੈਟਰ ਉਠਾਇਆ ਕਿ ਜੀ ਇਹ ਕੀ ਹੋ ਰਿਹਾ ਹਿੰਦੁਸਤਾਨ ਦੀ ਇੰਡੀਆ, ਅਤੇ ਫਿਰ ਸੰਤ ਭਿੰਡਰਾਂ ਵਾਲਿਆਂ ਨੂੰ ਲਿਖਿਆ ਕਿ ਭਸਮਾ ਸੋਰ ਹੈ, ਕਿ ਭਸਮਾ ਉਹ ਭਸਮਾ ਭਸਮਾ ਸੋਰ ਕਹਿੰਦੇ ਆ ਉਹ ਰਾਕਸ਼ਸ ਦਾ ਨਾਂ ਜਿਹੜਾ ਸਭ ਕੁਝ ਜਿਹੜਾ ਕਿ ਖਤਮ ਕਰ ਦਿੰਦਾ। ਰੁਕਾਂਗੇ ਇੱਕ ਬ੍ਰੇਕ ਵਾਸਤੇ, ਬ੍ਰੇਕ ਤੋਂ ਬਾਅਦ ਗੱਲਬਾਤ ਜਾਰੀ ਰਹੇਗੀ। ਵੈਲਕਮ ਬੈਕ, ਪ੍ਰੋਗਰਾਮ ਆਮਨਾ ਸਾਹਮਣਾ ਪੰਜਾਬ ਨੌ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਮੌਜੂਦ ਨੇ ਸਿੱਖ ਰਾਜਨੀਤੀ ਦਾ ਦਿਮਾਗ ਮੰਨੇ ਜਾਂਦੇ ਸਰਦਾਰ ਮਨਜੀਤ ਸਿੰਘ ਕਲਕੱਤਾ। ਕਲਕੱਤਾ ਸਾਹਿਬ, ਅਕਾਲੀ ਦਲ ਬਾਦਲ ਦੇ ਵਿੱਚ ਤਾਂ ਇੱਕ ਬਹੁਤ ਬੁਰਾਈਆਂ ਆ ਚੁੱਕੀਆਂ, ਆਪਣੇ ਸਿਧਾਂਤ ਤੋਂ ਭਟਕ ਗਿਆ, ਅਕਾਲੀ ਹੋਣ ਦਾ ਜਿਹੜਾ ਸਨਮਾਨ ਹੁੰਦਾ ਸੀ ਉਹ ਸਿਰਫ ਸਟਿੱਕਰਾਂ ਤੱਕ ਸੀਮਤ ਹੋ ਕੇ ਰਹਿ ਗਿਆ। ਇਹਦੇ ਨਾਲ ਨਾਲ ਅਕਾਲ ਤਖ਼ਤ ਸਾਹਿਬ ਤੋਂ ਤੁਹਾਡੇ ਕਾਰਜਕਾਲ ਵੇਲੇ ਜਦੋਂ ਤੁਸੀਂ ਅਕਾਲੀ ਦਲ ਦੇ ਜਨਰਲ ਸਕੱਤਰ ਸੀ, ਸਰਦਾਰ ਗੁਰਚਰਨ ਸਿੰਘ ਚੌੜਾ ਦੇ ਨਾਲ ਸੀ,
अकाली दल अमृतसर की स्थापना की गई, यूनाइटेड अकाली दल बनया। अज भी किन्ने ही अकाली दल ने, अकाली दल रविंदर सिंह होरां दा 1920 अकाली दल चल रहा, अकाली दल अमृतसर चल रहा, अकाली दल यूनाइटेड चल रहा, स्वतंत्र अकाली दल, होर भी किन्ने अपने नाँ दे नाल छोटे छोटे तले अकाली लाई फिरते हैं। कि 2017 दियां विधानसभा चोणां दे विच ये अकाली दल कोई कारगुजारी दिखा सकनगे? उहदा इक वारी अकाली दल उदों बढ़ेगा। देखो पहली गल यह है कि मैं बादल साहब के कैबिनेट मिनिस्टर भी रहा, बादल साहब के नाल मैं जनरल सैकटरी भी रहा, और बादल साहब नूं जिहड़ा प्रधान बनाउण दा दी जो पुल कह लो जो भी कह लो वो मेरे तो ही हुई है जी। तो बरनाला साहब ने पुलिस भेजी तो असीं इन्हां नूं बनवाता जी। ते पर मैं एक गल कहना कि इन्हां ने तो अकाली दल सिर्फ नां हैगा इन्हां कोल जी जी, पर अकाली दल जिहड़ा हैगा सारा अकाली दल दे विच जिहड़े अकाली दल दे राज विच श्री गुरु ग्रंथ साहब दी 1984 च नहीं हुई, श्री गुरु ग्रंथ साहब की बेअदबी हुई है। हरिमंदर साहब के मॉडल जरूर तोड़े गए जी जी, पर हरिमंदर साहब दे विच जां किसी सरोवर दे विच उस दा किसी ने सिगरटां बीड़ियां भी सुट्टियां होंगी, अकाल तख्त साहब का बड़ा भारी नुकसान भी होया, और सत जरनैल सिंह वर्गी महान शख्सियत जी है तो अपने भाई अमरीक सिंह ते जनरल साहब सुवेक सोनी तो होर कई वो जिहड़े सज्जन जिहड़े शहीदियां पा गए सब कुछ होया। तो पर मैं कोई गल कहना कि जी उहदे विच इन्ना करन दे बावजूद 1984 ये जिहड़ा धर्म युद्ध मोर्चा लवाया किने, कि धर्म युद्ध मोर्चा अजे संत लौंगोवाल नहीं सी लाउणा चाहुंदे जी, टौड़ा साहब अजे नहीं सी लाउणा चाहुंदे, क्योंकि 1980 दी इलैक्शन दे विच जिहड़ा हैगा बादल साहब दी गौरमेंट पूरी बुरी तरह हारी जी, ते उन्ने उह दरबारा सिंह बल गया सीगा। ये कह लगे इन्हां दे 5 साल चलना जे मोर्चा ठहर के लावांगे, पर बादल साहब ते कमिशन बन जांदा सीगा, पहली बार भी बन गया सी तां इन्हां ने एमरजेंसी ते मोर्चा लाता, ते इह जिहड़ा इन्हां दी इनकुआरी करन वास्ते ते इन्हां ने इह मोर्चा 7 सितंबर 26 जुलाई नूं इन्हां 26 जुलाई 1981 नूं जाके 80 दे अखीर च चोण हुंदी है 26 जुलाई 1981 नूं अल्टीमेटम दे दिंदे गवर्नमेंट नूं अपने आनंदपुर साहब मते से 7 सितंबर 1981 नूं असी कल उत्थे विरोधी जुलूस कढ़दे हां, और जिहड़ा हैगा उस दिल्ली दे विच असी मैं उत्थे नवां शहर बनवाया लाल किले दे पिछले पासे सारा कुछ कीता, पर इत्थे मतलब अमृतसर स्टेशन ते गोली चली, बठिंडे चली गोली, लाठीचार्ज होए जिहड़ा सीगा की जिहड़ा हरियाणे दा चीफ मिनिस्टर चौधरी भजन लाल उहने मधुबनी दे विच साडियां जांदियां ट्रक सी गड्डियां सी उह धक्क दित्तियां उहदे सुट दित्तियां, फिर भी लखां बंदिआं दा इकट्ठ उत्थे होया, उह असीं इकट्ठ करके गए, असीं पंडाल असीं राष्ट्रपती भवन दे सामणे लाया सीगा, उत्थे बोल के जदों राष्ट्रपती भवन वाल वधण लगे सानूं गिरफ्तार कर लिया गया, सानूं लिया के ਉੱਥੇ। ਮੇਰਾ ਸਵਾਲ ਨਹੀਂ ਨਹੀਂ ਮੈਂ ਬੇਨਤੀ ਕਰਦਾ ਕਿ ਇਹ ਸਾਰਾ ਮੋਰਚਾ ਲੱਗਿਆ, ਪਰ ਜਿੱਦਣ ਮੋਰਚੇ ਦੇ ਵਿੱਚ ਜਦੋਂ ਗੌਰਮੈਂਟ ਨੇ ਹਮਲਾ ਕਰ ਦਿੱਤਾ ਜਿਹਦੀ ਕਰਕੇ ਤੇ ਵੋਟਾਂ ਲੈਂਦੇ ਨੇ, ਤੇ ਬਾਦਲ ਸਾਹਿਬ ਉੱਧਰ ਕਿੱਥੇ ਸੀਗੇ? ਬਾਦਲ ਸਾਹਿਬ 26 ਮਈ ਤੋਂ ਬਾਅਦ ਲਾਸਟ ਮੁਲਾਕਾਤ ਹੋਈ ਹੈ, ਉਦੋਂ ਬਾਅਦ ਬਾਦਲ ਸਾਹਿਬ ਨਹੀਂ ਮੁੜ ਕੇ ਲੱਭੇ। ਬਿਲਕੁਲ ਠੀਕ। 2 ਤਰੀਕ ਨੂੰ ਸੰਤ ਲੌਂਗੋਵਾਲ ਨੇ ਮੀਟਿੰਗ ਸੱਦੀ, ਟੌੜਾ ਸਾਹਿਬ ਤਾਂ ਆ ਗਏ, ਨਾ ਬਾਦਲ ਸਾਹਿਬ ਆਏ ਨਾ ਬਾਦਲ ਸਾਹਿਬ ਦਾ ਕੋਈ ਬੰਦਾ ਆਇਆ। ਬਿਲਕੁਲ ਠੀਕ। ਇੱਥੇ ਤੇ ਮੇਰਾ ਮਤਲਬ ਜਾ ਕੇ ਪ੍ਰਗਟ ਕਦੋਂ ਹੁੰਦੇ ਨੇ? 9 ਤਰੀਕ ਨੂੰ, 9 ਜੂਨ ਨੂੰ। ਠੀਕ ਹੈ, 9 ਜੂਨ ਨੂੰ ਜਾ ਕੇ ਤੇ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਜਾ ਕੇ। ਤੋ ਮੇਰਾ ਮਤਲਬ ਇਹ ਹੈ ਕਿ ਕੀ ਅਧਿਕਾਰ ਕੀ ਹੈ? ਫਿਰ ਜਿਹੜਾ ਜਦੋਂ ਮੈਂ MLA ਬਣਦਾ ਤੇ ਮੈਂ ਕਿਹਾ ਜੀ ਆਪਾਂ ਕੋਈ ਕੰਡੈਮ ਕੀਤਾ ਇਹਨੂੰ ਅਸੈਂਬਲੀ ਦੇ ਵਿੱਚ? ਨਾ ਤਾਂ ਦਰਬਾਰ ਸਾਹਿਬ 'ਤੇ ਅਟੈਕ ਕੰਡੈਮ ਕੀਤਾ ਸੀ, ਬਰਨਾਲਾ ਸਰਕਾਰ ਵੇਲੇ ਵੀ ਨਹੀਂ ਹੋਇਆ, ਬਾਦਲ ਸਰਕਾਰ ਵੇਲੇ ਵੀ ਨਹੀਂ ਹੋਇਆ। ਮੈਂ ਜਦੋਂ ਵਜ਼ੀਰ ਦੇ ਤੌਰ 'ਤੇ ਨਹੀਂ ਸੀ ਕਰ ਸਕਦਾ, ਜੋ ਵਜ਼ੀਰੀ ਛੱਡ ਦਿੱਤੀ ਤਾਂ ਮੈਂ ਪ੍ਰਾਈਵੇਟ ਮੈਂਬਰ ਰੈਜੋਲਿਊਸ਼ਨ ਲੈ ਕੇ ਆਉਂਦਾ, ਇਹਦੇ 'ਤੇ ਲਿਆਂਦਾ, 1984 'ਤੇ ਲਿਆਂਦਾ, ਅਨੰਦਪੁਰ ਸਾਹਿਬ ਦੇ ਮਤੇ 'ਤੇ ਲਿਆਂਦਾ। ਅਨੰਦਪੁਰ ਸਾਹਿਬ ਦਾ ਮਤਾ
ਜੇ ਤੇ ਏਡਾ ਵੱਡਾ ਮੋਰਚਾ ਲਾਇਆ ਉਹਨੂੰ ਟਾਕ ਆਊਟ ਕਰਾਤਾ ਕਹਿਣਾ ਮਤਲਬ ਸਾਰਾ ਬੀਜੇਪੀ ਚਲੀ ਗਈ, ਕਾਂਗਰਸ ਦੇ 14 ਬੰਦੇ ਚਲੇ ਗਏ, ਪਰ ਉਹ ਸਾਰੇ ਅਕਾਲੀ ਬੋਲ ਰਹੇ ਨੇ। ਅਤੇ ਚਰਨਜੀਤ ਸਿੰਘ ਗੱਡ ਨੂੰ ਕਿਹਾ ਕਿ ਅਨੰਦਪੁਰ ਸਾਹਿਬ ਦਾ ਮਤਾ ਪਾਸ ਨਹੀਂ ਕਰਨਾ। ਅੱਜ ਤੱਕ ਅਨੰਦਪੁਰ ਸਾਹਿਬ ਦਾ ਮਤਾ ਪੰਜਾਬ ਅਸੈਂਬਲੀ ਤੋਂ ਪਾਸ ਨਹੀਂ ਹੋਇਆ। ਮੇਰਾ ਸਵਾਲ ਇਹ ਸੀ ਕਿ ਜਿਹੜੇ ਬਾਕੀ ਅਕਾਲੀ ਦਲ ਨੇ, ਮੈਂ ਤੁਹਾਨੂੰ ਦੱਸਦਾ ਜਿਹੜੇ ਜਿੰਨੀ ਇੰਟੈਲੀਜੈਂਸ ਹੈ ਉਹਨਾਂ ਨੇ ਇੱਕ ਗੱਲ ਕਿ ਦੋ ਗੱਲਾਂ ਕਹੀਆਂ ਨੇ। ਇੱਕ ਕਾਮਥ ਨੇ ਜਿਹੜਾ ਇਲਿਸਟਡ ਵੀਕਲੀ ਦਾ ਖੁਸ਼ਵੰਤ ਸਿੰਘ ਤੋਂ ਬਾਅਦ ਬਣਿਆ ਸੀ ਐਡੀਟਰ, ਉਸ ਨੇ ਇੱਕ ਗੱਲ ਲਿਖੀ ਸੀ ਕਿ ਸਿੱਖਾਂ ਨੂੰ ਇਕੱਠਿਆਂ ਨਾ ਹੋਣ ਦਿਓ, ਇਹ ਗੌਰਮੈਂਟ ਆਫ ਇੰਡੀਆ ਦੀ ਪਾਲਿਸੀ ਹੈ ਜੀ, ਇੱਕ ਤਾਂ ਇਕੱਠਿਆਂ ਨਾ ਹੋਣ ਦਿਓ ਜੀ। ਦੂਜੀ ਗੱਲ ਜਿਹੜੀ ਹੈ ਇੰਟੈਲੀਜੈਂਸ ਦੀਆਂ ਕਿਤਾਬਾਂ ਆ ਗਈਆਂ, ਸੀਕ੍ਰੇਟ ਡਾਕੂਮੈਂਟਸ ਪੱਕੇ ਤੇ ਲੈ ਕੇ ਪੜ੍ਹ ਲਿਓ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਬਾਦਲ ਦੋ ਬੰਦੇ ਬੜੇ ਐਕਸਪੋਜ਼ ਹੋਏ, ਇੱਕ ਤਾਂ ਜਸਵੀਰ ਸਿੰਘ ਰੋਡੇ ਵਗੈਰਾ ਸਾਰੇ ਐਕਸਪੋਜ਼ ਹੋਏ ਆ ਜੀ, ਅਤੇ ਇੱਕ ਗੌਰਮੈਂਟ ਰਲੇ ਹੋਏ ਸੀ। ਦੂਜੀ ਗੱਲ ਜਿਹੜੀ ਹੈ ਬਾਦਲ ਸਾਹਿਬ, ਕਿ ਬਾਦਲ ਸਾਹਿਬ ਇਜ਼ ਦਾ ਸੇਫੈਸਟ ਬੈਟ ਫੋਰ ਪੰਜਾਬ ਐਂਡ ਜਿਹੜਾ ਹੈ ਸਿੱਖਸ, ਇਹ ਇਹਨਾਂ ਦੇ ਹੁੰਦਿਆਂ ਕੋਈ ਮੰਗ ਨਹੀਂ ਹੋ ਸਕਦੀ। ਔਰ ਜਿਹੜਾ ਦੇਖੋ ਟ੍ਰਿਬਿਊਨ ਇੰਗਲਿਸ਼ ਨੇ ਐਡੀਟੋਰੀਅਲ ਲਿਖਿਆ ਕਿ ਜਿੱਦਣ ਮੋਦੀ ਦੀ ਐਕਸਪੈਂਸ਼ਨ ਹੋਈ ਆ, ਉਹ ਕਹਿੰਦਾ ਜੀ ਸ਼ਿਵ ਸੈਨਾ ਨੇ ਤਾਂ ਰੌਲਾ ਪਾਇਆ, ਇਹ ਨਾ ਬਾਦਲ ਰੌਲਾ ਤਾਂ ਹੁਣ ਭਾਣਾ ਮੰਨਣਾ ਆ ਗਿਆ, ਇਹ ਭਾਣਾ ਮੰਨਦੇ ਨੇ। ਇਹਨਾਂ ਨੇ ਕੋਈ ਨਹੀਂ ਕਿਹਾ ਕਿ ਸਾਡਾ ਮਿਨੋਰਟੀ ਕਮਿਸ਼ਨ 'ਚ ਕੋਈ ਬੰਦਾ ਨਹੀਂ, ਸਾਡਾ ਕੋਈ ਡਿਪਲੋਮੈਟ ਨਹੀਂ, ਕੋਈ ਦੂਜੀ ਗੱਲ ਨਹੀਂ, ਕਿ ਸਾਨੂੰ ਤਾਂ ਕੋਈ ਇੱਕ ਆਪਣੀ ਬਹੂ ਨੂੰ ਸਿਰਫ ਉੱਥੇ ਇਹ ਸੁਰੱਖਿਅਤ ਰੱਖਣੀ ਚਾਹੁੰਦੇ ਆ, ਅਤੇ ਇਸ ਕਰਕੇ ਇਹਨਾਂ ਨੇ ਕੀਤਾ। ਅਤੇ ਇਕਾਨਮੀ ਦੀ ਉਹਨੇ ਅਗਲੇ ਦਿਨ ਲਿਖਿਆ ਕਿ ਇੰਨੀ ਡਿਵੈਲਪਮੈਂਟ ਦੀ ਕਰੋ ਉਹਦੇ ਇਸ਼ਤਿਹਾਰਬੰਦ ਕਰਦੇ, ਉਹਨਾਂ ਡਿਵੈਲਪਮੈਂਟ ਦੇ ਉਹਨੇ ਲਿਖਿਆ, ਅਤੇ ਉਹਨੇ ਕਿਹਾ ਕਿ ਜੀ ਡਿਵੈਲਪਮੈਂਟ ਦਾ ਥੱਲੇ ਜਾ ਕੇ ਪਤਾ ਵੀ ਕਰ ਲਓ ਕਿ ਹੋ ਰਹੀ ਕਿ ਨਹੀਂ। ਜਿਹੜੇ ਜਿਸ ਤੋਂ ਜਲਾਲਾਬਾਦ ਤੋਂ ਸੁਖਬੀਰ ਸਿੰਘ ਜੀ ਤੁਸੀਂ ਆਏ ਹੋ, ਉਹਨਾਂ ਨੇ ਤੁਹਾਡੇ ਜਾਣ ਦੇ ਉੱਤੇ ਬੋਰਡ ਲਾਇਆ ਕਿ ਵਿਲੇਜ ਔਨ ਸੇਲ, ਕਿ ਇੱਥੇ ਤਾਂ ਕੋਈ ਚੀਜ਼ ਪਹੁੰਚੀ ਨਹੀਂ, ਸਾਨੂੰ ਵੀ ਨਾਲ ਹੀ ਵੇਚ ਦਿਓ ਬੰਦਿਆਂ ਨੇ ਇਹ ਗੱਲ ਕਹੀ। ਸੋ ਮੇਰਾ ਮਤਲਬ ਹੈ ਜਿਹੜੇ ਬਾਕੀ ਦੇ ਅਕਾਲੀ ਦਲ ਨੇ ਇਹ ਹੋਮੇ ਦੇ ਮਾਰੇ ਨੇ, ਨੰਬਰ 1। ਨੰਬਰ 2 ਦੇ ਉੱਤੇ ਇਹਨਾਂ ਨੂੰ ਕੋਈ ਇਕੱਠਿਆ ਨਹੀਂ ਹੋਣ ਦੇਣਾ ਚਾਹੁੰਦਾ। ਨੰਬਰ 3 ਦੇ ਉੱਤੇ ਮੇਰੇ ਕੋਲ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਮੈਂ ਬੜਾ ਸਤਿਕਾਰ ਕਰਦਾ, ਉਹ ਮੇਰੇ ਕੋਲ ਆਏ ਕਿ ਮੇਰੇ 2 ਨੰਬਰ ਬਣ ਜਾਓ। ਮੈਂ ਕਿਹਾ ਜੀ ਤੁਹਾਡਾ 2 ਨੰਬਰ ਬਣ ਜਾ, ਤੁਸੀਂ ਪਹਿਲਾਂ ਇਹ ਫੈਸਲਾ ਕਰੋ ਕਿ ਇਲੈਕਸ਼ਨ ਲੜਨੀ ਆ ਕਿ ਨਹੀਂ ਲੜਨੀ। ਬਿਲਕੁਲ ਠੀਕ ਹੈ। ਪੰਜ ਪ੍ਰਧਾਨੀ ਅਕਾਲੀ ਦਲ ਅਤੇ ਦਲ ਖਾਲਸਾ ਨੇ ਕਹਿ ਦਿੱਤਾ ਕਿ ਅਸੀਂ ਖਾਲਿਸਤਾਨ ਦੀ ਗੱਲ ਕਰਨੀ ਹੈ ਅਤੇ ਅਸੀਂ ਨਹੀਂ ਗੱਲ ਕਰਨੀ ਹੈਗੀ। ਬਿਲਕੁਲ ਠੀਕ। ਸਰਦਾਰ ਕਪੂਰ ਸਿੰਘ ਨੇ ਜਿਹੜਾ ਮਤਾ ਲਿਆਂਦਾ ਕਿ ਸਿੱਖ ਹੋਮਲੈਂਡ ਵਿਦ ਇਨ ਇੰਡੀਅਨ ਯੂਨੀਅਨ, ਪ੍ਰੀਤਮ ਸਿੰਘ ਗੋਜਰਾਂ ਉਦੋਂ ਲੀਡਰ ਸੀਗਾ, ਉਹਨੇ ਕਿਹਾ ਜੀ ਅਸੀਂ ਤਾਂ ਸਿੱਖ ਸਟੇਟ ਲੈਣੀ ਹੈ। ਉਹ ਕਹਿੰਦਾ ਸਿੱਖ ਸਟੇਟ ਤਾਂ ਜਿਹੜੀ ਤੁਸੀਂ ਲੈਣੀ ਹੈ, ਫਿਰ ਤੁਹਾਡੇ ਵਰਗੇ ਬੰਦੇ ਕਹਿਣ ਕਿ ਤੁਹਾਨੂੰ ਗੌਰਮੈਂਟ ਦੀਆਂ ਅੱਜ ਕੱਲ੍ਹ ਤਾਕਤਾਂ ਦਾ ਪਤਾ ਨਹੀਂ ਗਾ ਕਿ ਕਿੰਨੀ ਹੈ, ਉਹ ਕੀ ਕਰਕੇ ਕਰੇਗੀ, ਜ਼ੁਲਮ ਕੀ ਕਰੇਗੀ, ਕੀ ਗੱਲ ਹੋਏਗੀ, ਅਤੇ ਮੈਂ ਨਹੀਂ, ਮੈਂ ਕਹਿੰਦਾ ਸਿੱਖ ਹੋਮਲੈਂਡ ਵਿਦ ਇਨ ਇੰਡੀਅਨ ਯੂਨੀਅਨ। ਉਹ ਕਹਿਣ ਦੀ ਬਜਾਏ ਮਾਨ ਸਾਹਿਬ ਵੀ ਜਿਹੜੀ ਹੈ ਉਹ ਖਾਲਿਸਤਾਨ ਦੀ ਗੱਲ ਕਹਿ ਰਿਹਾ ਕਰਨ, ਖਾਲਿਸਤਾਨ ਦੀ ਗੱਲ ਕਰ, ਬੇਸ਼ੱਕ ਕਰਨ ਹਰ ਸਿੱਖ ਚਾਹੁੰਦਾ ਖਾਲਿਸਤਾਨ, ਪਰ ਖਾਲਿਸਤਾਨ ਦੀ ਗੱਲ ਜੇ ਕਰਨੀ ਹੈ ਤਾਂ ਇਲੈਕਸ਼ਨ ਲੜਨ ਲੱਗਿਆ ਫਿਰ ਇਹ ਨਾ ਲਿਖਣ ਕਿ ਮੈਂ ਯੂਨਿਟੀ ਦੇ ਇੰਟੈਗਰਿਟੀ ਦੀ ਸਾਈਨ ਕਰਦੇ ਆ, ਹਿੰਦੁਸਤਾਨ ਦੇ ਕੋਨਸਟੀਟਿਊਸ਼ਨ ਦੀ ਸਾਈਨ ਕਰਦੇ ਆ, ਉਹ ਕਾਹਨੂੰ ਕਰਦੇ ਫਿਰ? ਇਹ ਤਾਂ ਡਬਲ ਡਬਲ ਫੇਸ ਹੋ ਗਿਆ ਨਾ ਜੀ, ਕਿ ਬਸ ਅਸੀਂ ਇਲੈਕਸ਼ਨ ਵੀ ਲੜਨੀ ਹੈ ਅਤੇ ਇਲੈਕਸ਼ਨ ਦੇ ਜੇ ਹਾਲ ਕੀ ਹੋ ਰਿਹਾ ਆਪਣਾ, ਇਲੈਕਸ਼ਨ 'ਚ ਹਾਲ ਇਹ ਹੋ ਰਿਹਾ ਕਿ ਜਿਹੜੀ ਪਾਰਲੀਮੈਂਟ ਤਰਨ ਤਾਰਨ ਦੀ ਪਹਿਲੀ ਵਾਰੀ ਜਦੋਂ ਲੜੀ ਇਹਨਾਂ ਨੇ 1999 'ਚ, ਇਹ ਉੱਥੋਂ ਸਭ ਤੋਂ ਵੱਧ ਇੰਡੀਆ ਦੇ ਵਿੱਚ ਵੋਟਾਂ ਲੈ ਕੇ ਜਿੱਤੇ, 3 ਲੱਖ ਦੇ ਕਰੀਬ ਵੋਟ ਲੈ ਕੇ ਜਿੱਤੇ ਸੀ ਵੱਧ, ਅਤੇ ਅੱਜ ਉੱਥੋਂ ਇਹਨਾਂ 13,000 ਵੋਟ ਮਿਲੇ। ਕਲਕੱਤਾ ਸਾਹਿਬ, ਇਹ ਸਾਰਾ ਕੁਛ ਜਦੋਂ ਚੱਲਦਾ ਰਹਿੰਦਾ ਰਾਜਨੀਤੀ ਦੇ ਵਿੱਚ, ਕਿਉਂਕਿ ਸਿੱਖਾਂ ਦੀ ਧਰਮ ਅਤੇ ਰਾਜਨੀਤੀ ਇਕੱਠੀ ਹੈ, ਇਸੇ ਪੀਰੀਅਡ ਦੇ ਵਿੱਚ ਸਰਬੱਤ ਖਾਲਸਾ ਨਿਕਲ ਕੇ ਸਾਹਮਣੇ ਆਉਂਦਾ ਹੈ, ਕੀ ਤੁਸੀਂ ਉਸ ਸਰਬੱਤ ਖਾਲਸੇ ਨਾਲ ਸਹਿਮਤ ਸੀ ਜਾਂ ਹੋ? ਦੇਖੋ ਜੀ, ਸਰਬੱਤ ਖਾਲਸੇ ਦੇ ਜਿਹੜਾ ਉਹਨਾਂ ਨੇ ਠੀਕ ਤਰੀਕੇ ਨਾਲ ਬੁਲਾਇਆ ਨਹੀਂ, ਮੈਂ ਮੇਰੇ ਕੋਲ ਹੁਣ ਭਾਈ ਹੁਕਮ ਸਿੰਘ ਅਤੇ ਗੁਰਦੀਪ ਸਿੰਘ ਹੁਣੀ ਆਏ ਸੀਗੇ ਜੀ ਕੋਈ 10 ਦਿਨ ਪਹਿਲਾਂ ਜੀ, ਅਤੇ ਉਹਨਾਂ ਦਾ ਖਿਆਲ ਸੀਗਾ, ਉਹ ਕਹਿੰਦੇ ਤੁਹਾਨੂੰ ਸਰਪ੍ਰਸਤ ਬਣਾਉਣਾ ਜੀ ਜੀ। ਮੈਂ ਕਿਹਾ ਜੀ ਮੈਂ ਤੁਹਾਡੇ ਨਾਲ ਹੀ ਹਾਂ, ਪਰ ਤੁਸੀਂ ਜਿਹੜਾ ਸਰਬੱਤ ਖਾਲਸਾ ਬੁਲਾਇਆ ਇੱਦਾਂ ਨਹੀਂ ਬੁਲਾਈਦਾ, ਤੁਸੀਂ ਕਿਸੇ ਸਿਆਣੇ ਬੰਦੇ ਨੂੰ ਪੁੱਛ ਲੈਂਦੇ। ਸਰਬੱਤ ਖਾਲਸਾ 18ਵੀਂ ਸਦੀ 'ਚ ਬੁਲਾਇਆ ਜਾਂਦਾ ਰਿਹਾ। ਬਿਲਕੁਲ ਠੀਕ। ਸਰਬੱਤ ਖਾਲਸਾ ਦੇ ਵਿੱਚ ਇਹ ਨਹੀਂ ਹੁੰਦਾ ਕਿ ਆਪਣੀ ਮਰਜ਼ੀ ਦੇ ਬੰਦੇ ਲੈ ਜਾਵਾਂਗੇ, ਉਹ ਤਾਂ ਜਿਹੜੇ ਬੰਦੇ ਇੱਥੇ ਆਏ ਹੈ ਉਹ ਆਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਂ 'ਤੇ ਜੀ,
तो वध ये गल तो सारे मनणगे कि दैट जिहड़ा इकट्ठ इत्थे होया सरबत खालसा दे नां ते, जी इट वॉज ए नो कॉन्फिडेंस इन बादल उहदी पार्टी ते, उहदी गौरमेंट ते, उहदी लैड एस जी पी सी ते, ते उहदे जिहड़े एस जी पी सी ने अपने मुलाजम बना के रखे हुए जथेदारां दे, जी इहनां सारिआं ते नो कॉन्फिडेंस सी। इहदे बारे तो कोई दो रावां नहीं हैगीआं। जी सिखां दी कोई इहनां ते कॉन्फिडेंस नहीं रह गया। बिल्कुल ठीक। ते पर जिहड़ा हैगा मैं कहिंदा जो इकट्ठ जिहड़ा किसे लीडर दा नहीं सीगा, इकट्ठ गुरु ग्रंथ साहब की बेअदबी के खिलाफ सीगा, ते वो जिहड़ा इकट्ठ जिहड़ा कीता हैगा। हुण भी जेकर किसी ने एक एक जगह बीबी नूं मारता जां कोई गल कीती है मुंडिया ने, वह जिहड़ी है वह गुरु ग्रंथ साहब की जिहड़ा जिहड़ा अपने जिहड़ी बेअदबी की भावना सिखां च इन्नी स्ट्रोंग है उहदे करके होया। तो मेरा मतलब यह हैगा कि इस नूं जिहड़ा प्रोग्राम तय करीदा सब कुछ करीदा। हुण देखो मैं जिहड़ा जिन्हां ने उह संतां ने अगे लगे सीगे, जिवें संत ढड्डरियां वाले लगे सी, जां उह जिहड़े अपने जिहड़ा उह करदे आ कि कथा करदे आ परमजीत सिंह खालसा नहीं नहीं संगरूर दे उधर दे ओ सीगे, ते होर जिन्हां ने सारे काम च बड़ा वड्डा हिस्सा पाया, जिहड़े इत्थे अकाल तख्त साहिब ते भी आए सीगे, नाम नहीं आ जांदा हुणे, ते ओह अपने जिहड़े हैगे आ ओह बंदिआं नूं अगे लाउणा चाहीदा सीगा। उहनां ने कॉल दित्ती सी जदों बंद दी कॉल दित्ती है, जदों सड़कां ते तुहाडा कहिण तों भाव है कि राजनीतिकां दी बजाए धार्मिक लोकां नूं अगे करना चाहीदा, सड़कां ते आउण दी कॉल दित्ती, क्योंकि राजनीतिक बंदे जिहड़े है ओह सारे जिहड़े है ओह उहनां दी लोकां दे विच अजे पकड़ नहीं बणी। राजनीति तो करनी पएगी, पर मैं ये गल कहिंदा सी कि ਆਪਾਂ ਨੂੰ ਪਹਿਲਾ ਨਿਸ਼ਾਨਾ ਗੁਰਦੁਆਰਾ ਇਲੈਕਸ਼ਨ ਰੱਖਣੀ ਚਾਹੀਦੀ ਹੈ ਐਸ ਜੀ ਪੀ ਸੀ ਦੀ, ਅਤੇ ਐਸ ਜੀ ਪੀ ਸੀ ਦੀ ਇਲੈਕਸ਼ਨ ਦੇ ਵਿੱਚ ਸਾਨੂੰ ਧਾਰਮਿਕ ਬੰਦੇ ਜਿਵੇਂ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਦਬਦਬਾ ਸਾਹਿਬ ਦੇ ਜਿਹਨਾਂ ਨੂੰ ਹੱਡਾਂ ਨੇ ਹਟਾਇਆ, ਗਿਆਨੀ ਬਲਵੰਤ ਸਿੰਘ ਗਿਆਨੀ ਬਲਵੰਤ ਸਿੰਘ ਆਨੰਦਗੜ੍ਹ ਉਹ ਆ ਸਕਦੇ ਆ, ਜਾਂ ਆਪਣੇ ਦੂਜੇ ਜਿਹੜੇ ਗਿਆਨੀ ਕੇਵਲ ਸਿੰਘ ਗਿਆਨੀ ਕੇਵਲ ਸਿੰਘ ਵਗੈਰਾ, ਮੈਂ ਸੁਣਿਆ ਕਿ ਉਹ ਆਪ ਦੇ ਨਾਲ ਉਹਨਾਂ ਨੂੰ ਵਰਤ ਲਿਆ ਇਹਨੇ ਇਸਨੇ ਐਡਵੋਕੇਟ ਨੇ, ਉਹ ਐਡਵੋਕੇਟ ਦੇ ਹੱਥੋਂ ਜੇ ਨਾ ਹੋਏ ਤਾਂ ਜਿਹੜਾ ਹੈਗਾ ਉਹ ਵੀ ਕਰ ਸਕਦੇ ਆ, ਜਾਂ ਹੋਰ ਇੱਦਾਂ ਦੇ ਬੰਦੇ ਹੈਗੇ ਆ ਪਰ ਜਾਂ ਜਿਵੇਂ ਈਵਨ ਦਾਦੂਵਾਲ ਹੈ ਜੀ, ਉਹਦੇ ਬਾਰੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈਗਾ ਦਾਦੂਵਾਲ ਬਾਰੇ। ਔਰ ਇਸੇ ਤਰੀਕੇ ਨਾਲ ਇੱਕ ਦੋ ਹੋਰ ਸਿੰਘ ਜਥੇਦਾਰ ਜਿਹੜੇ ਹੈਗੇ ਆ, ਜਥੇਦਾਰਾਂ ਦੀ ਪਰਸਨੈਲਿਟੀ ਬਾਰੇ ਕੋਈ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੈਗਾ ਕਿਤੇ ਵੀ, ਪਰ ਗੱਲ ਇੱਕੋ ਹੀ ਹੈਗੀ ਹੈ ਕਿ ਜਥੇਦਾਰ ਬਣਾਉਣ ਦਾ ਢੰਗ ਗਲਤ ਹੈ। ਇਹਦਾ ਮਤਲਬ ਤਾਂ ਫਿਰ ਗੌਰਮੈਂਟ ਜਾਂ ਏਜੰਸੀਆਂ ਜਦੋਂ ਚਾਹੁਣਗੀਆਂ ਕਿਸੇ ਹੋਰ ਨੂੰ ਜਥੇਦਾਰ ਬਣਾ ਦੇਣਗੀਆਂ, ਫਿਰ ਤਾਂ ਹੋਰ ਫੁੱਟ ਪੈ ਜਾਏਗੀ, ਫਿਰ ਕੀ ਕਰ ਲਾਂਗੇ। ਬਿਲਕੁਲ ਠੀਕ। ਤੋ ਇਹ ਜਿਹੜੀ ਗੱਲ ਹੈਗੀ ਹੈ, ਇਸ ਕਰਕੇ ਮੈਂ ਉਹ ਸਰਬੱਤ ਖਾਲਸਾ ਦੇ ਇਹ ਉਹਨਾਂ 'ਚ ਬੰਦੇ ਚੰਗੇ ਹੈ, ਠੀਕ ਗੱਲ ਕੀਤੀ ਹੈ, ਪ੍ਰੋਟੈਸਟ ਬੜਾ ਚੰਗਾ ਹੋਇਆ, ਸਭ ਕੁਝ ਹੋਇਆ, ਉਹ ਜਿਹੜੇ ਪ੍ਰਚਾਰਕ ਸੀ ਉਹ ਤਾਂ ਪਿੱਛੇ ਹੋ ਗਏ ਨੇ, ਲੀਡਰ ਥੋੜ੍ਹੇ ਜਿਹੇ ਅੱਗੇ ਆ ਗਏ ਨੇ, ਅਤੇ ਉਹਨਾਂ ਨੂੰ ਨਾਲ ਲੈ ਕੇ ਚੱਲ ਕੇ ਅਤੇ ਮੂਵਮੈਂਟ ਤਾਂ ਚੱਲਣੀ ਸੀਗੀ, ਅਤੇ ਜੇ ਜਿਨ੍ਹਾਂ ਦੇ ਜਿਨ੍ਹਾਂ ਨਾਲ ਸੋ ਅਤੇ ਪਰ ਇਹਨਾਂ ਦੇ ਵਿੱਚ ਵੀ ਜਿਹੜਾ ਜਥੇਦਾਰ ਬਣਾਏ ਨੇ ਠੀਕ ਹੈਗੇ ਹੈ, ਕੋਈ ਐਸੀ ਗੱਲ ਨਹੀਂ ਹੈਗੀ, ਪਰ ਉਹਨਾਂ ਨੂੰ ਜੇ ਕੰਮ ਕਰਨ ਦਾ ਕੋਈ ਸਮਾਂ ਮਿਲੇਗਾ ਤਾਂ ਹੀ ਹੈ, ਪਰ ਜਿਸ ਤਰੀਕੇ ਨਾਲ ਬਣਾਏ ਗਏ ਨੇ ਇਹ ਆਪਾ ਤਾਪੀ 'ਚ ਬਣੇ, ਜੇ ਇਸ ਤਰੀਕੇ ਨਾਲ ਬਣਾਉਣ ਲੱਗੇ ਤਾਂ ਗੌਰਮੈਂਟ ਦਾ ਕੋਈ ਬੜੀਆਂ ਏਜੰਸੀਆਂ ਨੇ ਜਿਹੜੀ ਕੋਈ ਹੋਰ ਤਾਂ ਕਿਸੇ ਨੂੰ ਵੀ ਬਣਾ ਸਕਦੀਆਂ। ਕਲਕੱਤਾ ਸਾਹਿਬ ਅੱਧੀ ਸਦੀ ਦਾ ਸਫ਼ਰ ਹੈ ਇੱਕ ਤੁਹਾਡਾ ਸਿਆਸਤ ਦੇ ਵਿੱਚ, ਰਾਜਨੀਤੀ ਦੇ ਹਰ ਨਸ ਤੋਂ ਤੁਸੀਂ ਜਾਣੋ, ਹਰ ਨਸ ਨੂੰ ਤੁਸੀਂ ਜਾਣਦੇ ਹੋ। ਪੰਜਾਬ ਦੇ ਵਿੱਚ ਬੜੀ ਵਧੀਆ ਤੁਸੀਂ ਮੈਨੂੰ ਜਾਣਕਾਰੀ ਦਿੱਤੀ, ਸਾਡੇ ਦਰਸ਼ਕਾਂ ਨੂੰ ਵੀ ਬਹੁਤ ਵਧੀਆ ਦੱਸਿਆ ਕਿ ਅਕਾਲੀ ਦਲ ਵੀ, ਅਕਾਲੀ ਦਲ ਬਾਦਲ ਜਿਹੜਾ ਹੈਗਾ ਵੈ ਉਹ ਸਿੱਖਾਂ ਦੀਆਂ ਭਾਵਨਾਵਾਂ 'ਤੇ ਖਰਾ ਨਹੀਂ ਉਤਰ ਸਕਿਆ, ਜਿਹੜੇ 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 ਬਾਕੀ ਅਕਾਲੀ ਦਲ ਨੇ ਉਹ ਵੀ ਸਿੱਖ ਭਾਵਨਾਵਾਂ ਦੇ ਉੱਤੇ ਖਰੇ ਨਹੀਂ ਉਤਰ ਸਕਣਗੇ। ਮੈਂ ਕਹਿੰਦਾ ਜੀ ਉਹ ਸਿੱਖ ਭਾਵਨਾਵਾਂ ਤੇ ਖਰੇ ਹੈਗੇ ਆ ਕਈ, ਪਰ ਸਿੱਖ ਭਾਵਨਾਵਾਂ ਤੇ ਉਹ ਪ੍ਰੈਗਮੈਟਿਕ ਤਾਂ ਹੋਣਗੇ ਨਾ ਜੀ, ਪੋਲੀਟਿਕਸ ਦਾ ਪੋਲੀਟਿਕਸ ਆਈਡੀਅਲਿਜ਼ਮ ਪਲੱਸ ਪ੍ਰੈਗਮੈਟਿਜ਼ਮ, ਠੀਕ, ਆਈਡੀਅਲ ਵੀ ਹੋਣਾ ਚਾਹੀਦਾ ਤੇ ਪ੍ਰੈਗਮੈਟਿਕ ਵੀ ਹੋਣੇ ਚਾਹੀਦੇ ਆ। ਮੈਂ ਜੇਲ੍ਹ ਦੇ ਵਿੱਚ ਵੀ ਜਦੋਂ ਸੀਗਾ ਤਾਂ ਉਦੋਂ ਵੀ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਜੀ ਨੌਜਵਾਨ ਬੜੇ ਆਏ ਸੀਗੇ, ਮੈਂ ਉਹਨਾਂ ਨੌਜਵਾਨ ਨੂੰ ਕਿਹਾ, ਮੈਂ ਕਿਹਾ ਜੀ ਜਿੰਨਾ ਜਿੰਨਾ ਕਿਸੇ ਦੇ ਗੋਡੇ ਦਾ ਕੋਈ ਭਾਰ ਚੁੱਕ ਸਕਦਾ
ਉਹਨੂੰ ਨਾਲ ਰੱਖੋ ਸਾਰਿਆਂ ਨੂੰ। ਤੁਸੀਂ ਜੇ ਕਹਿੰਦੇ ਹੋ ਅੱਜ ਕਹਿੰਦੇ ਹੋ ਖਾਲਿਸਤਾਨ, ਤੇ ਦੇਖੋ ਜਿਹੜੇ ਜਿੰਨਾਂ ਨੇ ਖਾਲਿਸਤਾਨ ਕਹਿਣਾ ਜੀ ਆਇਆਂ ਨੂੰ ਕਹਿਣ, ਉਹ ਇਲੈਕਸ਼ਨ ਨਾ ਹਿੰਦੁਸਤਾਨ ਦੀ ਲੜਨ, ਠੀਕ ਹੈ, ਹਿੰਦੁਸਤਾਨ ਦੇ ਵਿੱਚ ਇਲੈਕਸ਼ਨ ਕਾਹਨੂੰ ਲੜਦੇ ਆ? ਬਿਲਕੁਲ, ਇਲੈਕਸ਼ਨ ਦੇ ਵਿੱਚ ਤਾਂ 100 ਇਹ ਚੁਕਾਉਂਦੇ ਆ, ਬਿਲਕੁਲ ਠੀਕ, ਫਿਰ ਤਾਂ ਤੁਸੀਂ ਗਲਤ ਜਿਹਾ ਹੋ ਜਾਂਦੇ ਹੋ। ਤੇ ਇਸ ਕਰਕੇ ਮੇਰਾ ਮਤਲਬ ਇਹ ਹੈ ਕਿ ਬੜੇ ਬੜਾ ਕਲੀਅਰ ਇਦੋਂ ਮੈਂ ਜੋ ਸਮਝਦਾ ਹਾਂ ਕਿ ਸਰਦਾਰ ਕਪੂਰ ਸਿੰਘ ਤੋਂ ਵੱਡਾ ਵਿਦਵਾਨ ਫਿਲੋਸਫਰ ਅਤੇ ਪੋਲੀਟੀਕਲ ਦਾਨਸ਼ਵਰ ਕੋਈ ਨਹੀਂ ਹੋਇਆ ਇਸ ਸਦੀ ਦਾ। ਅਤੇ ਸਰਦਾਰ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਉਹ ਹੈ ਕਿ ਅਜੇ ਪਹਿਲੇ ਸਟੈਪ ਦੇ ਤੌਰ 'ਤੇ ਸਾਨੂੰ ਸਿੱਖ ਹੋਮਲੈਂਡ ਵਿਦਿਨ ਇੰਡੀਅਨ ਯੂਨੀਅਨ ਦੀ ਗੱਲ ਕਰਨੀ ਚਾਹੀਦੀ ਹੈ, ਜਾਂ ਜਿਹੜਾ ਜਿਹੜਾ ਡਰਾਫਟ ਕੀਤਾ ਜਿਹੜਾ ਅਨੰਦਪੁਰ ਸਾਹਿਬ ਦਾ ਪਤਾ ਸਰਦਾਰ ਕਪੂਰ ਸਿੰਘ ਨੇ ਜਿਹੜਾ ਇਹਨਾਂ ਨੇ ਮਿਲ ਗੋਭਾ ਕੀਤਾ, ਉਹ ਨਹੀਂ ਜਿਹੜਾ ਉਹਨਾਂ ਨੇ ਕੀਤਾ ਉਹ ਜਿਹੜਾ ਉਹ ਹੈ ਉਸ ਦੇ ਉੱਤੇ ਪੁਲ ਕਰਨਾ ਚਾਹੀਦਾ। ਕਲਕੱਤਾ ਸਾਹਿਬ ਇਸ ਸਾਰੇ ਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਦੀ, ਸਿਮਰਜੀਤ ਸਿੰਘ ਬੈਂਸ ਉਹਨਾਂ ਦੇ ਨਾਲ, ਉਹਨਾਂ ਦੇ ਦੂਸਰੇ ਭਾਈ ਸਾਹਿਬ ਦੀ ਜਿਹੜੀ ਆਵਾਜ਼ੇ ਆਵਾਮ ਜਾਂ ਆਵਾਜ਼ੇ ਪੰਜਾਬ ਪਾਰਟੀ ਹੈ, ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਂ ਕੁਛ ਨਹੀਂ ਜੀ, ਕੀ ਦੇਖਣਾ, ਨਵਜੋਤ ਸਿੰਘ ਸਿੱਧੂ ਹੁਣ ਜਿੱਦੇ ਚਲੇ ਗਏ ਜੀ, ਇੱਥੋਂ ਜਿੱਥੇ ਅੰਮ੍ਰਿਤਸਰ ਅਸੀਂ ਵੀ ਨਾਲ ਸੀ ਉਹਨਾਂ ਦੇ ਜੀ, ਪਰ ਨਵਜੋਤ ਸਿੰਘ ਸਿੱਧੂ ਜਿਹੜੀ ਆਖਰੀ ਇਲੈਕਸ਼ਨ ਜਿੱਤੇ ਆ 5000 ਕਿ 7000 ਵੋਟ ਦੇ ਜਿੱਤੇ ਆ ਜੀ, ਅਤੇ ਮਤਲਬ ਕਿੱਥੇ 2 ਲੱਖ ਦੇ ਜਿੱਤੇ, ਕਿੱਥੇ ਕਿੱਥੋਂ ਤੱਕ ਆਏ। ਮੇਰਾ ਮਤਲਬ ਇਹ ਹੈਗਾ ਜਿਹੜੇ ਇਹ ਦੋ ਭਰਾ ਨੇ, ਇਹ ਦੋਵੇਂ ਭਰਾ ਫੇਮਸ ਨੇ ਕਿ ਇਹਨਾਂ ਨੇ ਕੁੱਟਿਆ ਇੱਕ ਅਫਸਰ ਜੀ ਬੇਣੀਪਾਲ ਜੀ 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 ਹਾਂਜੀ ਜੀ, ਅਤੇ ਇਹ ਜਾ ਕੇ ਉਹ ਅਫਸਰਾਂ ਨੂੰ ਡਰਾ ਕੇ ਥੋੜ੍ਹਾ ਬਹੁਤਾ ਕੰਮ ਕਰਵਾਉਂਦੇ, ਦਰਬਾਰ ਆਪਣਾ ਲਾਉਂਦੇ ਆ ਉਹਦੇ ਕਰਕੇ, ਪਰ ਕੋਨਸਟੀਟਿਊਸ਼ਨਲ ਮੀਨਸ ਦੇ ਨਾਲ, ਲੈਜੀਟੀਮੇਟ ਮੀਨਸ ਦੇ ਨਾਲ ਕੰਮ ਕਰਨਾ, ਅਤੇ ਉਹ ਦੋ ਬੰਦੇ ਆਪਣੀਆਂ ਸੀਟਾਂ ਹੋ ਸਕਦਾ ਕੱਢ ਲੈਣ, ਫਿਰ ਦੁਬਾਰਾ ਕੱਢਦੀਆਂ ਔਖੀਆਂ ਨੇ ਜੀ, ਪਰ ਕੱਢ ਲੈਣ, ਪਰ ਬਾਕੀ ਦੇ ਉੱਤੇ ਕੀ ਇਨਫਲੂਐਂਸ ਹੈ? ਪ੍ਰਗਟ ਸਿੰਘ ਕਿਸ ਤਰ੍ਹਾਂ ਰਹੇਗਾ? ਪ੍ਰਗਟ ਸਿੰਘ ਇਕੱਲੇ ਜਲੰਧਰ ਚੱਕ ਹੈ, ਕੰਟਰੋਲਮੈਂਟ ਤੱਕ ਹੈ, ਉਹ ਵੀ ਪਹਿਲੀ ਵਾਰੀ ਇਲੈਕਸ਼ਨ ਲੜਿਆ, ਅਤੇ ਜੋ ਉਹ ਜਿਹੜਾ ਹੈਗਾ ਉਹ ਜਲੰਧਰ 'ਤੇ ਕਿਸੇ ਸੀਟ ਨੂੰ ਇਨਫਲੂਐਂਸ ਨਹੀਂ ਕਰਦਾ, ਆਪਣੀ ਸੀਟ ਲੜਦੇ ਲੜ ਲਏ, ਜਿੱਤ ਜਾਏ ਤਾਂ ਜਿੱਤ ਜਾਏ, ਹਾਰ ਜਾਏ ਤਾਂ ਹਾਰ ਜਾਏ। ਅੱਛਾ, ਇਸ ਸਾਰੇ ਦੌਰ ਦੇ ਵਿੱਚ ਕਾਂਗਰਸ ਨੂੰ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ? ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਇੱਕ ਸਾਫ਼ ਸੁਥਰੀ ਛਵੀ ਹੈ, ਦੇਖੋ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬੀ ਪਸੰਦ ਵੀ ਕਰਦੇ। ਅਮਰਿੰਦਰ ਸਿੰਘ ਜਿਹੜਾ ਉਹ ਜਿਹੜੇ ਪਟਿਆਲੇ ਨੂੰ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਇਹਨਾਂ ਦੇ ਖੂਨ ਦੇ ਵਿੱਚ ਅਜੇ ਤੱਕ ਕੁਝ ਹੈਗਾ ਮਾੜਾ ਅੰਸ਼, ਔਰ ਇਹਨਾਂ ਦੇ ਜਿਹੜਾ ਹੈਗਾ ਉਹ ਇਹਨਾਂ ਦੇ ਘਰ ਦੇ ਵਿੱਚ ਅੱਜ ਤੱਕ ਕਿਸੇ ਮੁੰਡੇ ਨੇ ਕਿਸੇ ਨੇ ਕਿਸੇ ਜਵਾਈ ਨੇ ਦਾੜੀ ਨਹੀਂ ਬੁੰਨੀ ਜੀ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਇਹਨੇ ਅਸਤੀਫਾ ਦਿੱਤਾ 1984 'ਚ ਜੀ। ਤੀਜੀ ਗੱਲ ਹੈ ਕਿ ਜਦੋਂ ਬਰਨਾਲੇ ਨੇ ਪੁਲਿਸ ਭੇਜੀ ਹੈ ਤਾਂ ਵੀ ਇਹਨੇ ਅਸਤੀਫਾ ਦਿੱਤਾ ਜੀ। ਚੌਥੀ ਗੱਲ ਇਹ ਹੈ ਕਿ ਜਿਹੜਾ ਉਹ ਹਰਿਆਣੇ ਵਿੱਚ ਜਾ ਰਿਹਾ ਸੀ ਉਸ ਪਿੰਡ ਦੇ ਉੱਤੇ ਪਹਿਰਾ ਦੇ ਕੇ ਕੰਦੂਖੇੜਾ, ਤੇ ਕੰਦੂਖੇੜਾ 'ਤੇ ਉਹ ਜਿਹੜਾ ਬਚਾਇਆ, ਪੰਜਾਬ ਦੇ ਪਾਣੀਆਂ ਦਾ ਸਾਰੇ ਜਿਹੜੇ ਹੈਗੇ ਆ ਉਹ ਰਾਧੇ ਨੇ ਕੀਤੇ ਹੈਗੇ ਆ। ਇਹ ਤਾਂ 5 ਕੰਮ ਤਾਂ ਸਾਨੂੰ ਸਾਰੇ ਪਤਾ ਨੇ ਸਾਰਿਆਂ ਨੂੰ ਕਿ ਜਿਹੜੇ ਇਹਨੇ ਕੀਤੇ ਹੈਗੇ ਆ। ਤੋ ਇਸ ਕਰਕੇ ਮੈਂ ਜਿਹੜਾ ਸਮਝਦਾ ਕਿ ਇੱਕ ਵਾਰੀ ਮੈਂ ਕੋਈ ਕਾਂਗਰਸ ਨੂੰ ਕੋਈ ਸਿੱਖ ਪਾਰਟੀ ਨਹੀਂ ਸਮਝਦਾ ਜੀ। ਗੱਲ ਤਾਂ ਹੈ ਕਿ ਅਕਾਲੀ ਦਲ ਤਾਂ ਬਣੇਗਾ ਜੀ, ਪਰ ਜਦ ਤੱਕ ਅਕਾਲੀ ਦਲ ਜਿਹੜਾ ਅੱਜ ਅਕਾਲੀ ਦਲ ਦੇ ਨਾਂ 'ਤੇ ਰਾਜ ਕਰ ਰਿਹਾ, ਜਦ ਤੱਕ ਉਹਨਾਂ ਨੂੰ ਡਿਸਾਈਸਿਵਲੀ ਹਰਾ ਨਹੀਂ ਲੈਂਦੇ, ਉਦੋਂ ਤੱਕ ਕੋਈ ਦੂਜਾ ਅਕਾਲੀ ਦਲ, ਇਹ ਸਾਰੇ ਅਕਾਲੀ ਦਲ ਇਕੱਠੇ ਹੋ ਜਾਣਗੇ, ਚੰਗੇ ਬੰਦੇ ਹੈਗੇ ਨੇ ਸਾਰੇ ਨਾਲ ਆ ਸਕਦੇ ਆ, ਪਰ ਇੱਕ ਵਾਰੀ ਹਰਾਉਣ ਤੋਂ ਬਾਅਦ ਜਿਹੜਾ ਅਕਾਲੀ ਦਲ ਬਣੇਗਾ ਉਹ ਤਾਂ ਅਕਾਲੀ ਦਲ ਬਣੇਗਾ, ਇੱਦਾਂ ਨਹੀਂ ਬਣੇਗਾ। ਕਿਉਂਕਿ ਅੱਜ ਪੋਲੀਟੀਕਲ ਤਾਕਤ ਇੱਕੋ ਅਕਾਲੀ ਦਲ ਕੋਲ ਕੰਸੈਂਟਰੇਟ ਕਰ ਗਈ ਹੈ ਜੀ, ਔਰ ਬੜੇ ਚਿਹਰਾਂ ਤੋਂ ਕਰ ਗਈ ਹੈ, ਅਤੇ ਇੱਕੋ ਇੱਕ ਇਹਨਾਂ ਨੂੰ ਜਿਹੜਾ ਚੈਲੇਂਜ ਕਰਨ ਵਾਲਾ ਸੀ ਟੋੜਾ ਸਾਹਿਬ, ਉਹਦੀ ਡੈਥ ਹੋ ਚੁੱਕੀ ਹੈ। ਇਸ ਕਰਕੇ ਪਰ ਸਰਦਾਰ ਮਨਜੀਤ ਸਿੰਘ ਕਲਕੱਤਾ ਦੀ ਬੜਕ ਵੀ, ਮੈਂ ਦੇਖੋ ਪਹਿਲੀ ਗੱਲ ਹੈ ਕਿ ਗੁਰੂ ਮਹਾਰਾਜ ਨੇ ਸਭ ਖਤਮ ਕੀਤਾ, ਪਰ ਮੈਂ ਜੱਟ ਨਹੀਂ ਹੈਗਾ, ਇਹ ਬੜਾ ਵੱਡੀ ਮੇਰੇ 'ਚ ਘਾਟ ਹੈ ਜੀ, ਅਤੇ ਮੇਰੇ ਕੋਲ ਇਹੋ ਜਿਹੀ ਕੋਈ ਕੋਨਸਟੀਟਿਊਸ਼ਨ ਪਿੰਡ ਦੀ ਨਹੀਂ ਹੈਗੀ, ਨੰਬਰ 1। ਨੰਬਰ 2 ਦੇ ਉੱਤੇ ਗੱਲ ਇਹ ਹੈ, ਮੈਂ ਸਾਰੀ ਉਮਰ ਪੰਥ ਦੇ ਨਾਲ, ਸਿੱਖਸ ਹੋਮ ਫੈਡਰੇਸ਼ਨ ਤੋਂ ਲੈ ਕੇ ਸਾਰੀ ਉਮਰ ਪੰਥ ਦੇ ਨਾਲ ਲਾਈ ਹੈ। ਇੱਕੋ ਹੀ ਗੱਲ ਸੀਗੀ, ਮੈਂ ਇੱਕ ਪਹਿਲੇ ਦਿਨ 4 ਆਨਾ ਮੈਂਬਰਸ਼ਿਪ ਜਿਹੜੀ ਸੀ ਫੈਡਰੇਸ਼ਨ ਸਾਈਨ ਕੀਤੀ, ਉਹਦੇ ਪਿੱਛੇ ਲਿਖਿਆ ਹੋਇਆ ਸੀਗਾ ਪੰਥ ਫਸਟ ਅਤੇ ਸੈਲਫ ਲਾਸਟ, ਆਪਾਂ ਸਾਰੀ ਉਮਰ ਉਹੀਓ ਰੱਖਿਆ। ਸ਼੍ਰੋਮਣੀ ਕਮੇਟੀ ਦੀ ਚੋਣ ਕੀਤੀ ਹੈ, ਇੱਕ ਨਵਾਂ ਪੈਸਾ ਕਦੀ ਨਹੀਂ ਉੱਥੋਂ ਲਿਆ, ਸਫ਼ਰ ਵੀ ਆਪਣੇ ਕੋਲੋਂ ਕਰਦੇ ਰਹੇ ਹਾਂ,
टूर ट्रैवल भी अपने को करते रहे हैं। पटना साहब के प्रधान रहे, दिल्ली कमेटी के प्रधान रहे, दिल्ली कमेटी के जनरल सैकटरी रहे, कभी एक नवा पैसा कितों कितों नहीं लिया, कोई कोई कित करप्शन नहीं की। वजीर बने आ, MLA बने आ, वजीर बने आ, मेरे को तो कोई पैसा नहीं गा। मैं तो होर भी कोई कई बंदे कहते थे, मैं कह जी ना मेरे को पैसा, ना मेरे को गल, ना कोई बात, मैं ये तुम ही लड़ो जी। हूँ इलेक्शन ने यह सन सरदार मनजीत सिंह कलकत्ता। पर यह है, मैनू निश्चय है कि पंथ जिहड़ा है, पंथ दी मैनू किसी ने कहा सीगा कि पंथ दा किसी वड्डे लीडर ने, मैं ना नहीं चलो लेता, उन्हें कहा सीगा, ते मैं कहा सी जी गुरु दसवें पातशाह दा साडे नाल इकरार है कि पंथ खालसा खेती मेरी सदा संभाल करो तिसकेरी। ये पंथ खालसा, असी पंथ खालसा अकाली दल नूं भी समझे है, असी पंथ खालसा श्रोमणी कमेटी नूं भी समझे है, असी जिहड़ी पंथ खालसा दी जिहड़ी स्पिरिट है, मैं एक आर्टिकल भी हुण भेज रहा कि उह 18वीं सदी तों बाद जो महाराजा रणजीत सिंह दे राज विच दब गई, उदू बाद उहदा फिर प्रदर्शन जिहड़ा सिंह सभा लहर विच ते जिहड़ी श्रोमणी कमेटी बनी ते अकाली दल बणिया उहदे च होया। वो हुण जिहड़े गाज गाज दे उत्ते अपने जिहड़ा अपने एक एक मील दे उत्ते डेरे बन गए ने, उहनां करके ते जिहड़ी जिहड़ी साडी लीडरशिप दी भुख है, ते जिहड़ी जिहड़ी असीं सिर्फ वजारत बनाउणा चाहुंदे हां सारे स्कूल छिक्के ते टंग के, ते जिहड़ा सिर्फ आपां परिवार च रखणा चाहुंदे हां, उहदे करके साडी सियासत वी इस वेले निवान ते है, पर उह उठेगी जरूर, पंथ दा बोलबाले होणगे। ਇਹ ਸਨ ਸਰਦਾਰ ਮਨਜੀਤ ਸਿੰਘ ਕਲਕੱਤਾ, ਜਿਨ੍ਹਾਂ ਤੋਂ ਅਸੀਂ ਜਾਣਿਆ ਪੰਜਾਬ ਦੀ ਰਾਜਨੀਤੀ ਦਾ ਹਾਲ। ਸਰਦਾਰ ਮਨਜੀਤ ਸਿੰਘ ਕਲਕੱਤਾ ਆਪਣੇ ਆਪ ਦੇ ਵਿੱਚ ਸਿੱਖ ਰਾਜਨੀਤੀ ਦਾ ਇੱਕ ਇਨਸਾਈਕਲੋਪੀਡੀਆ ਨੇ। ਇਹਨਾਂ ਦੇ ਨਾਲ ਇੱਕ ਵਾਰ ਫਿਰ ਮੁਲਾਕਾਤ ਕਰਾਂਗੇ, ਜਲਦ ਹੀ ਮੁਲਾਕਾਤ ਕਰਾਂਗੇ, ਔਰ ਇਹਨਾਂ ਤੋਂ ਜਾਣਾਂਗੇ ਸਿੱਖ ਰਾਜਨੀਤੀ ਦਾ ਹਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਹਾਊਸ ਦੇ ਵਿੱਚ ਕੀ ਕੀ ਸਾਨੂੰ ਜਿਹੜੀਆਂ ਨਵੀਆਂ ਮੁਸ਼ਕਲਾਂ ਪੇਸ਼ ਆਉਣਗੀਆਂ, ਇਹ ਸਾਰਾ ਕੁਛ ਇਹਨਾਂ ਤੋਂ ਸਮਝਾਂਗੇ। तब तक ले इजाजत, रब रखा।